ਪਿਓ ਤੋਂ ਬਾਅਦ ਪੁੱਤ ਦਾ ਵੀ ਹੁਣ ਵਿਰੋਧ ਹੋਇਆ। ਨਵਰਾਜ ਹੰਸ ਨੂੰ ਕਿਸਾਨਾਂ ਨੇ ਘੇਰਾ ਪਾਇਆ ਤੇ ਬੀਜੇਪੀ ਖਿਲਾਫ ਕਿਸਾਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਦਰਅਸਲ ਨਵਰਾਜ ਹੰਸ ਆਪਣੇ ਪਿਤਾ ਹੰਸਰਾਜ ਹੰਸ ਲਈ ਚੋਣ ਪ੍ਰਚਾਰ ਕਰਨ ਲਈ ਨਿਕਲੇ ਸਨ। ਜ਼ਿਕਰਯੋਗ ਹੈ ਕਿ ਫਰੀਦਕੋਟ ਤੋਂ ਹੰਸਰਾਜ ਹੰਸ ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਨੇ ਅਤੇ ਜਦੋਂ ਤੋਂ ਉਹਨਾਂ ਦਾ ਨਾਮ ਲੋਕ ਸਭਾ ਚੋਣਾਂ ਲਈ ਐਲਾਨਿਆ ਗਿਆ ਉਸ ਸਮੇਂ ਤੋਂ ਹੀ ਕਿਸਾਨ ਹੰਸਰਾਜ ਹੰਸ ਦਾ ਜੰਮ ਕੇ ਵਿਰੋਧ ਕਰ ਰਹੇ ਨੇ, ਭਾਵੇਂ ਉਹ ਕਿਧਰੇ ਵੀ ਚੋਣ ਪ੍ਰਚਾਰ ਲਈ ਚਲੇ ਜਾਣ। ਕਿਸਾਨ ਉਹਨਾਂ ਨੂੰ ਘੇਰਾ ਪਾ ਹੀ ਲੈਂਦੇ ਨੇ ਤੇ ਹੁਣ ਹੰਸਰਾਜ ਹੰਸ ਦੇ ਬੇਟੇ ਨਵਰਾਜ ਹੰਸ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਵੀ ਆਪਣੇ ਪਿਤਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਨਿਕਲੇ ਸਨ। ਫਿਲਹਾਲ ਭਾਰੀ ਪੁਲਿਸ ਬਲ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਨਵਰਾਜ ਹੰਸ ਦਾ ਇਹ ਵਿਰੋਧ ਮੋਗਾ ਦੇ ਪਿੰਡ ਮੋਠਾਂ ਵਾਲੀ ਅਤੇ ਲੰਡੇਕੇ ਦੇ ਵਿੱਚ ਹੋਇਆ। ਕਿਸਾਨਾਂ ਦੁਆਰਾ ਹੰਸਰਾਜ ਹੰਸ ਦੇ ਬੇਟੇ ਨਵਰਾਜ ਹੰਸ ਦਾ ਜਿੱਥੇ ਜੰਮ ਕੇ ਵਿਰੋਧ ਹੋਇਆ, ਬੀਜੇਪੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਕਾਲੀਆਂ ਝੰਡੀਆਂ ਵੀ ਕਿਸਾਨਾਂ ਵੱਲੋਂ ਦਿਖਾਈਆਂ ਗਈਆਂ। ਇਸ ਮੌਕੇ ਕਿਸਾਨਾਂ ਨੇ ਆਪਣੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਵੀ ਫੜੇ ਹੋਏ ਸਨ ਅਤੇ ਬੀਜੇਪੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।